ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਰਮਸ ਟੀਵੀ ਤੇ ਜੋਬ ਅਲਰਟ ਤੇ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅਗਨੀ ਵੀਰ ਭਰਤੀ ਨੂੰ ਲੈ ਕੇ ਸੋ ਆਪਾਂ ਨੂੰ ਪਤਾ ਹੀ ਹੈ ਪਹਿਲਾਂ ਸਰਕਾਰ ਨੇ ਇਸ ਭਰਤੀ ਦੇ ਨਿਯਮਾਂ 'ਚ ਬਦਲਾਅ ਕਰ ਦਿੱਤਾ ਸੀ ਪਹਿਲਾਂ ਸਰਵਿਸ ਜਿਹੜੀ 15 ਸਾਲਾਂ ਤੱਕ ਹੁੰਦੀ ਸੀ ਪੈਨਸ਼ਨ ਵੀ ਮਿਲਦੀ ਸੀ ਤਾਂ ਚੰਗੀ ਤਨਖਾਹ ਵੀ ਸੀ ਸਾਰੀਆਂ ਸਹੂਲਤਾਂ ਵੀ ਸੀ ਪਰ ਬਾਅਦ ਦੇ ਵਿੱਚ ਸਰਕਾਰ ਨੇ ਇਹ ਭਰਤੀ ਹੈ ਜਿਹੜੀ 4 ਸਾਲਾਂ ਕਰਤੀ ਜਿਹਨੂੰ ਅਗਨੀ ਵੀਰ ਦਾ ਨਾਮ ਦਿੱਤਾ ਤਾਂ ਕਾਫੀ ਵਿਰੋਧ ਜਿਹੜਾ ਵੱਖ-ਵੱਖ ਪਾਰਟੀਆਂ ਦੇ ਵੱਲੋਂ ਹੋਇਆ ਸੀ ਤਾਂ ਉਹਨ ਇੱਕ ਅਪਡੇਟ ਜਿਹੜੀ ਨਿਕਲ ਕੇ ਦੇ ਵਿੱਚ ਸਾਹਮਣੇ ਆਈ ਹੈ ਕਿ ਬਾਕੀ ਇਹ ਪਹਿਲਾਂ ਦੀ ਤਰ੍ਹਾਂ ਜਿਹੜੀ ਰੈਗੂਲਰ ਹੋ ਜਾਏਗੀ ਜਾਂ ਫਿਰ ਇਹਦਾ ਕਾਰਜਕਾਲ ਹੋਰ ਵਧਾਇਆ ਜਾਏਗਾ ਤਾਂ ਸਾਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਜਿਹੜੀ ਭਾਰਤੀ ਥਲ ਸੈਨਾ ਨੇ ਤਾਂ ਇਸ ਨੇ ਅਗਨੀਪਥ ਯੋਜਨਾ ਦੀ ਸਮੀਖਿਆ ਜਿਹੜੀ ਕੀਤੀ ਹੈ ਅਤੇ ਇਸ ਨੂੰ ਸੁਧਾਰ ਲਈ ਯਾਨੀ ਕਿ ਇਹਦੇ ਨਿਯਮਾਂ 'ਚ ਸੁਧਾਰ ਕਰਨ ਲਈ ਸਿਫਾਰਸ਼ਾਂ ਕੀਤੀਆਂ ਨੇ ਹੁਣ ਤੱਕ ਸਿਰਫ 25% ਦੀ ਅਗਨੀ ਵੀਰਾਂ ਨੂੰ ਜਿਹੜਾ ਫੌਜ ਦੇ ਵਿੱਚ ਪੱਕੇ ਤੌਰ ਤੇ ਭਰਤੀ ਕਰਨ ਲਈ ਚੁਣਿਆ ਜਾ ਰਿਹਾ ਸੀ ਪਰ ਹੁਣ ਥਾਲ ਸੈਨਾ ਨੇ 60 ਤੋਂ 70% ਦੀ ਅਗਨੀ ਵੀਰਾਂ ਨੂੰ ਫੌਜ ਦੇ ਵਿੱਚ ਪੱਕੀ ਨੌਕਰੀ ਦੇਣ ਦੀ ਸ਼ਿਫਾਰਿਸ਼ ਜਿਹੜੀ ਉਹ ਕੀਤੀ ਹੈ ਸਰਕਾਰ ਵੱਲੋਂ ਅਗਨੀ ਵੀਰ ਯੋਜਨਾ ਦੀ ਅਜੇ ਹੀ ਸੁਮੇਖਿਆ ਦੀ ਆਸ ਪਹਿਲਾਂ ਤੋਂ ਕੀਤੀ ਜਾ ਰਹੀ ਸੀ ਕਿਉਂਕਿ ਏਸੋ ਯੋਜਨਾ ਨੂੰ ਲੈ ਕੇ ਦੇਸ਼ ਦੇ ਵਿੱਚ ਕਾਫੀ ਸਿਆਸਤ ਹੋਈ ਹੈ ਵਿਰੋਧੀ ਧਿਰ ਨੇ ਵੀ ਏਸੋ ਯੋਜਨਾ ਬਿਜਲੀਆਂ ਕੁਝ ਖਾਮੀਆਂ ਦਾ ਜਿਹੜਾ ਵਿਰੋਧ ਸੀਗਾ ਉਹ ਕੀਤਾ ਸੀ ਲੋਕ ਸਭਾ ਚੋਣਾਂ ਤੋਂ ਬਾਅਦ ਐਨਡੀਏ ਚੁਪਾਈ ਵਾਲ ਪਾਰਟੀਆਂ ਜਨਤਾਦਲ ਅਤੇ ਐਲ ਜੀ ਪੀ ਨੇ ਅਗਰੀ ਪਥ ਯੋਜਨਾ ਤੇ ਚਿੰਤਾ ਜਿਹੜੀ ਜ਼ਾਹਰ ਕੀਤੀ ਹੈ ਇਹਨਾਂ ਪਾਰਟੀਆਂ ਨੇ ਹੀ ਸਰਕਾਰ ਨੂੰ ਇਸ ਯੋਜਨਾ ਦੀ ਸਮੀਖਿਆ ਕਰਨ ਲਈ ਕਿਹਾ ਸੀਗਾ ਭਾਰਤੀ ਥਲ ਸੈਨਾ ਨੇ ਹੁਣ ਸਮੀਖਿਆ ਕਰ ਲਈ ਹੈ ਸਮੀਖਿਆ ਤੋਂ ਬਾਅਦ ਕੀਤੀਆਂ ਸਿਫਾਰਸ਼ਾਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਗਨੀ ਵੀਰਾਂ ਦੀ ਭਰਤੀ ਨਾਲ ਫੌਜ ਦਾ ਕੰਮ ਸਚਾਰੂ ਤਰੀਕੇ ਨਾਲ ਚੱਲੇਗਾ ਤੇ ਜਵਾਨਾਂ ਦੇ ਕਾਰਜ ਕੋਸ਼ਲ ਤੱਚ ਵੀ ਜਿਹੜਾ ਜ਼ਰੂਰ ਵਾਧਾ ਹੋਵੇਗਾ ਦੇਸ਼ ਦੇ ਰੱਖਿਆ ਤੇ ਸੁਰੱਖਿਆ ਮਾਮਲੇ ਨਾਲ ਜੁੜੇ ਵਿਭਾਗਾਂ ਦੇ ਸੂਤਰਾਂ ਦੇ ਅਨੁਸਾਰ ਧਿਆਰਬੰਦ ਫੌਜਾਂ ਦੇ ਮੰਤਰਾਲੇ ਵੱਲੋਂ ਅਗਨੀਪਥ ਸਕੀਮ ਦਾ ਬਲੰਕੜਾ ਡਾੜੋ ਕੀਤਾ ਜਾ ਰਿਹਾ ਹੈ ਭਾਰਤੀ ਫੌਜ ਨੇ ਅਗਨੀਵੀਰਾਂ ਦਾ ਕਾਰਜਕਾਲ ਮੌਜੂਦਾ 4 ਸਾਲ ਤੋਂ ਵਧਾ ਕੇ 7 ਤੋਂ 8 ਸਾਲ ਕਰਨ ਦੀ ਸ਼ਿਫਾਰਸ਼ ਹੈ ਜਿਹੜੀ ਕੀਤੀ ਹੈ ਸੋ ਪਹਿਲਾਂ 4 ਸਾਲ ਚੱਲਦਾ ਹੈ ਤਾਂ ਹੁਣ 7 ਤੋਂ 8 ਸਾਲ ਕਰਨ ਦੀ ਸ਼ਿਫਾਰਸ਼ ਹੈ ਜਿਹੜੀ ਕੀਤੀ ਗਈ ਹੈ ਇਹਦੇ ਨਾਲ ਤਕਨੀਕੀ ਖੇਤਰ ਚ ਅਗਨੀਵੀਰਾਂ ਦੇ ਦਾਖਲੇ ਲਈ ਉਮਰ ਦੀ ਜਿਹੜੀ ਹੱਦ ਹੈ ਉਹ ਵਧਾ ਕੇ 23 ਸਾਲ ਕਰਨ ਦਾ ਸੁਝਾਅ ਦਿੱਤਾ ਗਿਆ ਫਾਈਨੈਂਸ਼ੀਅਲ ਐਕਸਪ੍ਰੈਸ ਵੱਲੋਂ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਫੌਜ ਵੱਲੋਂ ਅਗਨੀ ਵੀਰਾਂ ਦੇ ਹੱਕ 'ਚ ਹੋਰ ਵੀ ਕਈ ਹਾਂ ਪੱਕੇ ਸੁਝਾਅ ਦਿੱਤੇ ਗਏ ਨੇ ਜਿਵੇਂ ਕਿ ਟ੍ਰੇਨਿੰਗ ਦੇ ਦੌਰਾਨ ਕੋਈ ਅਗਨੀ ਵੀਰ ਦੇ ਵਿਆਹ ਹੋ ਜਾਂਦਾ ਹੈ ਤਾਂ ਉਸ ਨੂੰ ਐਕਸ ਗ੍ਰੇਸੀਆ ਗ੍ਰਾਂਟ ਜਿਹੜੀ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਉਸ ਨੂੰ ਫੌਜੀ ਨੌਕਰੀ ਤੋਂ ਲਾਂਭੇ ਕਰਨ ਜਾਂ ਕਿਤੇ ਹੋਰ ਸੈਟਲ ਕਰਨ ਦਾ ਕੰਮ ਪ੍ਰੋਫੈਸ਼ਨਲ ਏਜੰਸੀ ਨੂੰ ਹੈ ਜਿਹੜਾ ਦਿੱਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੇ ਕਿਸੇ ਜੰਗ ਦੇ ਦੌਰਾਨ ਕੋਈ ਅਗਨੀਵੀ ਰਸ਼ੀਦ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਗੁਜ਼ਾਰਾ ਪੱਤਾ ਜਿਹੜਾ ਜ਼ਰੂਰ ਮਿਲਣਾ ਚਾਹੀਦਾ ਹੈ ਸਰਕਾਰ ਨੇ ਅਗਰੀ ਪਾਸ ਤੋਂ ਯੋਜਨਾ ਦੀ ਸ਼ੁਰੂਆਤ ਫੌਜੀ ਜਵਾਨਾਂ ਨੂੰ ਪੈਨਸ਼ਨਾਂ ਦੇਣ ਤੋਂ ਬਚਨ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰਨ ਲਈ ਕੀਤੀ ਸੀ ਇਹਦੇ ਨਾਲ ਹੀ ਤਜਰਬੇ ਦਾ ਮਾਮਲਾ ਵੀ ਮਾਮੂਲੀ ਤਬਦੀਲੀ ਨਾਲ ਹੱਲ ਕੀਤਾ ਜਾ ਸਕਦਾ ਹੈ ਪੁਰਾਣੀ ਭਰਤੀ ਯੋਜਨਾ ਅਧੀਨ ਜਵਾਨਾਂ ਨੂੰ ਆਮ ਤੌਰ ਤੇ 35 ਸਾਲ ਦੀ ਉਮਰ 'ਚ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ ਜਿਹੜੇ ਸੂਬੇਦਾਰ ਮੇਜਰ ਰੈਂਕ ਤੱਕ ਪਹੁੰਚ ਜਾਂਦੇ ਆ ਉਹਨਾਂ ਦੀ ਰਿਟਾਇਰਮੈਂਟ 52 ਸਾਲ ਦੀ ਉਮਰ ਵਿੱਚ ਹੁੰਦੀ ਹੈ ਉਹਨਾਂ ਨੂੰ ਹਰ ਤਰ੍ਹਾਂ ਦਾ ਤਜਰਬਾ ਹੁੰਦਾ ਹੈ ਤੇ ਉਹ ਹਰ ਤਰ੍ਹਾਂ ਦਾ ਫੌਜੀ ਅਭਿਆਸ ਕਰਨ ਦੇ ਸਮਰੱਥ ਹੁੰਦੇ ਐ ਅਗਨੀ ਵੀਰਾਂ ਦੇ ਸੇਵਾ ਕਾਲ 'ਚ ਵਾਧਾ ਹੋਣ ਅਤੇ ਫੌਜ 'ਚ ਭਰਤੀ ਲਈ ਉਹਨਾਂ ਦੀ ਪ੍ਰਤੀਸ਼ਤਤਾ ਵਧਾਉਣ ਨਾਲ ਉਹਨਾਂ ਨੂੰ ਵਾਜਵ ਟ੍ਰੇਨਿੰਗ ਜਿਹੜੀ ਮਿਲੇਗੀ ਅਤੇ ਲੋੜੀਂਦਾ ਤਜਰਬਾ ਵੀ ਜਿਹੜਾ ਹਾਸਲ ਹੋਵੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਾਣਕਾਰੀ ਜਲਦੀ ਨਿਕਲ ਕੇ ਸਾਹਮਣੇ ਆਊਗਾ ਕਿ ਸਿਫਾਰਸ਼ਾਂ ਜਿਹੜੀਆਂ ਕੀਤੀਆਂ ਗਈਆਂ ਨੇ ਸੋ ਜੋ ਵੀ ਪੱਖ ਰੱਖੇ ਗਿਆ ਚੰਗੇ ਪੱਖ ਰੱਖੇ ਗਿਆ ਚਾਹੇ ਜੰਪਾ ਆਪਾਂ ਕਹਿ ਸਕਦੇ ਆ ਕਿ ਅਗਰ ਕੋਈ ਅਗਨੀ ਵੀਰ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਜਿਹੜਾ ਗੁਜ਼ਾਰਾ ਪੱਤਾ ਮਿਲੇ ਕਿ ਜੋ ਬਹੁਤ ਜ਼ਰੂਰੀ ਹੈ ਇੱਕੋ ਇੱਕ ਜੀਵ ਹੁੰਦਾ ਉਹ ਸ਼ਹੀਦ ਹੋ ਜਾਂਦਾ ਹੈ ਅਤੇ ਪਰਿਵਾਰ ਦੀ ਆਰਥਿਕ ਵਿਵਸਥਾ ਜਿਹੜੀ ਉਹ ਡਾਊਨ ਹੋ ਜਾਂਦੀ ਹੈ ਇਸ ਤੋਂ ਇਲਾਵਾ ਅਗਰ ਟ੍ਰੇਨਿੰਗ ਦੌਰਾਨ ਜਾਂ ਡਿਊਟੀ ਦੌਰਾਨ ਬੰਦਾ ਦਿਵਿਆਂਗ ਹੋ ਜਾਂਦਾ ਅਗਨੀ ਵੀਰ ਨੌਜਵਾਨ ਦਿਵਿਆਂਗ ਹੋ ਜਾਂਦਾ ਤਾਂ ਉਸ ਨੂੰ ਇੱਕ ਕੰਪਨੀ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਜਾਊ ਕਿ ਇਸ ਬੰਦੇ ਨੂੰ ਉਹਦੇ ਸਰੀਰ ਦੇ ਸੁਹਾਰ ਨਾਲ ਉਹਦੀ ਦਿਵਿਆਂਗਤਾ ਦੇ ਹਿਸਾਬ ਨਾਲ ਰੋਜ਼ਗਾਰ ਦਿੱਤਾ ਜਾਵੇ ਇਸ ਤੋਂ ਇਲਾਵਾ ਇਹ ਸਰਵਿਸਸ 4 ਸਾਲ ਤੋਂ ਵਧਾ ਕੇ 7 ਤੋਂ 8 ਸਾਲ ਕਰ ਦਿੱਤੀ ਜਾਵੇ ਅਗਰ ਇਹ ਹੋ ਜਾਂਦੀ ਹੈ ਤਾਂ ਆਉਣ ਵਾਲੇ ਕੁਝ ਸਾਲਾਂ ਚ ਹੋਰ ਇਹ ਵਾਜੇਗੀ ਮੁੜ ਕੇ ਉਥੇ ਇਹ ਜਿਹੜਾ ਇਹ ਯੋਜਨਾ ਆ ਜਾਏਗੀ ਬਾਕੀ ਅੱਗੇ ਜੋ ਅਪਡੇਟਸ ਹੋਣਗੀਆਂ ਸਮੇਂ ਸਿਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਬਾਕੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰ ਸਕਦੇ ਹੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ